ਡਾਕਟਰ ਰਾਜਵੀਰ ਕਾ ਨੇ ਨਵਜੋਤ ਸਿੱਧੂ ਨੂੰ ਦਿੱਤੀ ਮੁਬਾਰਕਬਾਦ। 30 ਸਾਲ ਪੁਰਾਣੇ ਰੋਡਰੇਜ਼ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਵਿਧਾਇਕ ਡਾਕਟਰ ਰਾਜਵੀਰ ਕਾ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦਿੱਤੀ ਹੈ। ਦੇਖੋ, ਨਵਜੋਤ ਸਿੰਘ ਸਿੱਧੂ 30 ਸਾਲ ਤੱਕ ਆਪਣੇ ਮਨ ਦੇ ਉੱਪਰ, ਦਿਮਾਗ ਦੇ ਉੱਪਰ ਬੋਝ ਲੈ ਕੇ ਚੱਲਿਆ, ਔਰ ਮੈਂ ਸਮਝਣਾ ਕਿ ਇਹ ਗਲਤ ਫਹਿਮੀ ਦਾ ਕੇਸ ਸੀ, ਔਰ ਅੱਜ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਇਨਸਾਫ ਕੀਤਾ, ਔਰ ਹੁਣ ਨਵਜੋਤ ਸਿੰਘ ਸਿੱਧੂ ਨਵੀਂ એનર્ਜੀ ਦੇ ਨਾਲ, ਨਵੀਂ ਹਿੰਮਤ ਦੇ ਨਾਲ, ਨਵੀਂ ਤਾਕਤ ਦੇ ਨਾਲ ਇਹ ਲੈਂਡ ਮਾਫੀਆ, ਸੈਂਡ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਇਹ ਸਾਰੇ ਮਾਫੀਆਂ ਦਾ ਮੁਕਾਬਲਾ ਕਰੇਗਾ। ਇਹ ਸਾਰੇ ਮਾਫੀਏ ਸੁਖਬੀਰ ਬਾਦਲ ਦੇ ਮਾਫੀਏ ਇਹ ਹੁਣ ਤੈਸ਼ ਨੈਸ਼ ਹੋਣਗੇ। ਦੇਖੋ, ਪਹਿਲੀ ਗੱਲ ਤਾਂ ਇਹ ਹੈ, ਮੈਂ ਕਰਨਾਟਕਾ ਦੇ ਲੋਕਾਂ ਦਾ ਖਾਸ ਕਰਕੇ ਧੰਨਵਾਦ ਕਰਨਾ ਚਾਹੁੰਦਾ ਕਿ ਇਹ ਉਹਨਾਂ ਦਾ ਝੂਠ, ਔਰ ਉੱਥੇ ਨਰਿੰਦਰ ਮੋਦੀ ਜੀ ਨੇ ਜਿਹੜੀ ਹੈ 150 ਤੋਂ ਵੱਧ ਰੈਲੀਆਂ ਕੀਤੀਆਂ, ਹਰ ਪਿੰਡ ਹਰ ਗਲੀ ਦੇ ਵਿੱਚ ਖਾਕ ਛਾਨੀ ਹੈ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਨੇ, ਫਿਰ ਵੀ ਲੋਕਾਂ ਖੈਰ ਨਹੀਂ ਹੋ ਪਾਈ, ਔਰ ਅੱਜ JDS ਔਰ ਕਾਂਗਰਸ ਪਾਰਟੀ ਦਾ ਗਠਬੰਧਨ ਕਰਨਾਟਕਾ ਦੇ ਵਿੱਚ ਸਰਕਾਰ ਬਣਾਏਗਾ, ਔਰ ਮੈਂ ਰਾਹੁਲ ਗਾਂਧੀ ਜੀ ਨੂੰ ਮੁਬਾਰਕਬਾਦ ਦੇਣਾ, ਔਰ ਮੈਨੂੰ ਖੁਸ਼ੀ ਪਤਾ ਕੀ ਹੈ ਬਈ, ਦੇਖੋ 77 ਹੀ ਸੀਟਾਂ ਪੰਜਾਬ ਦੀਆਂ ਅਤੇ 77 ਸੀਟਾਂ ਕਰਨਾਟਕਾ ਦੀਆਂ, ਅਤੇ ਹੁਣ ਇਹ ਦੋਨੇ 77 ਦੀਆਂ ਜਿਹੜੀਆਂ ਸੀਟਾਂ ਇਹ ਤਾਕਤ ਦੇ ਨਾਲ ਉੱਥੇ ਸਰਕਾਰ ਬਣੇਗੀ। ਦੇਖੋ, ਸ਼ਾਹਕੋਟ ਦੇ ਵਿੱਚ ਲੋਕ ਕਾਂਗਰਸ ਦੇ ਕੈਂਡੀਡੇਟ ਨੂੰ ਜਿਤਾਉਣਾ ਚਾਹੁੰਦੇ ਹੈ, ਲੋਕ ਉਸ ਸਾਜਿਸ਼ ਨੂੰ ਵੀ ਪਰਦਾਫਾਸ਼ ਕਰਨਾ ਚਾਹੁੰਦੇ ਹੈ ਕਿ ਕਿਸ ਸਾਜਿਸ਼ ਦੇ ਤਹਿਤ ਇਹ ਸਾਡੇ ਕੈਂਡੀਡੇਟ ਲਾਡੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ, ਲੋਕ ਉਸ ਗੱਲ 'ਤੇ ਵੀ ਗੁੱਸਾ ਕੱਢਣਾ ਚਾਹੁੰਦੇ ਹੈ, ਲੋਕ ਚਾਹੁੰਦੇ ਹੈ ਕਿ ਸੁਖਬੀਰ ਬਾਦਲ ਨੂੰ ਸਾਜਿਸ਼ ਦਾ ਜਵਾਬ ਦਿੱਤਾ ਜਾਏ। ਇਹ ਇੱਕ ਇੱਕ ਵੋਟ ਕਾਂਗਰਸ ਦੀ ਅਮਾਨਤ ਹੈ, ਔਰ ਕਾਂਗਰਸ ਦਾ ਕੈਂਡੀਡੇਟ ਭਾਰੀ ਵੋਟਾਂ ਨਾਲ ਜਿੱਤਣਾ। ਆਹ ਜਿਹੜੇ NRI ਭਰਾ ਹੈਗੇ, ਮੈਂ ਬਹੁਤ ਸਾਰੇ NRI ਭਰਾਵਾਂ ਨੂੰ ਮਿਲਿਆ, ਪਹਿਲੇ ਬਾਹਰੋਂ ਫੋਰਨ ਤੋਂ ਫੋਨ ਕਰਦੇ ਸੀ ਆਪਣੇ ਮਾਂ ਪਿਓ ਨੂੰ ਬਈ ਝਾੜੂ 'ਤੇ ਮੋਹਰਾਂ ਲਾਇਓ, ਹੁਣ ਵਾਪਸ ਫੋਨ ਆਉਣ ਡਿਆ ਕਿ ਝਾੜੂ 'ਤੇ ਮੋਹਰਾਂ ਨਾ ਲਾਇਓ, ਕਾਂਗਰਸ 'ਤੇ ਮੋਹਰਾਂ ਲਾਇਓ। ਇਹ ਹੁਣ ਸਾਰਾ ਹੀ ਬਦਲ ਗਿਆ, ਔਰ ਕਾਂਗਰਸ ਪਾਰਟੀ ਭਾਰੀ ਮਤਾਂ 'ਤੇ ਜਿੱਤੇਗੀ, ਔਰ ਕੈਪਟਨ ਅਮਰਿੰਦਰ ਸਿੰਘ ਦੇ ਗੱਲ ਇਹ ਜਿੱਤ ਦਾ ਸਿਰਾ ਪਏਗਾ।